स्वागत है किसान भीर होडा ढिलों डेयरी फार्म बठिंडा दे विच। किसी भी वीर ने इदा की ऐड करवानी अपना मोबाइल नंबर है 98781923917। चैनल में भाई जी सबसक्राइब कर लो, नाल लगे घंटी का बटन प्रेस कर लो क्योंकि आने वाली वीडियो का नोटिफिकेशन सब तो पहले तुहाडे तक पहुँच सके। बाकी नंबर बाई स्क्रीन पर चल रहा नोट कर लो। अज मेरे पिंड की कोई वीडियो है जी, गलबात बाई ने करावे। सून वाली झोटी लेके आए आप गबन, कि दुध इन्हें पहले सूए दिता दूजे सूए दिता, जा गलबात बाई ने करावे। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਿੰਡ ਬੋਲੋ ਜੀ। ਪਿੰਡ ਦੁੱਲੇ ਵਾਲਾ ਜੀ। ਜ਼ਿਲ੍ਹਾ ਬਠਿੰਡਾ। ਤਹਿਸੀਲ? ਤਹਿਸੀਲ ਪੂਲਾ। ਤੇ ਨੇੜੇ ਤੇੜੇ? ਨੇੜੇ ਮੈਂ ਆ ਸਲਾਦ ਭਰਾ ਭਾਈ ਰੂਪਾ ਰਹੇ। ਭਾਈ ਰੂਪਾ। ਤੇ ਨੰਬਰ ਕੀ ਹੈ ਵੀਰੇ? ਨੰਬਰ 9714 35 899। ਇਹ ਨੰਬਰ ਆ ਬਾਈਆਂ ਦਾ, ਕੰਟੈਕਟ ਨੋਟ ਕਰ ਲਓ। ਤੇ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਨੇ ਸਕਰੀਨ ਤੇ, ਕੀ ਇਹਦੀ ਡਿਟੇਲ ਆ? ਇਹ ਤੀਜਾ ਸੂਆ ਸੂਣਾ ਜੀ ਨਾ। ਤੀਜਾ ਸੂਆ? ਹਾਂ। ਤੇ ਦੂਜੇ ਸੂਏ ਦਾ ਕੀ? ਸੂਏ ਨਾ 14 ਲੀਟਰ ਦਿੱਤਾ ਦਾ। ਤੇ ਦੋ ਸੂਏ ਘਰੇ ਹੀ ਚੋਏ ਵੀ ਆਪਣੇ? ਹਾਂ, ਦੋ ਘਰੇ ਚੋਈ ਆ। ਦੋ ਸੂਏ ਘਰੇ ਚੋਈ ਵੀ ਆ। ਤੇ 13-14 ਲੀਟਰ ਦੇਈ ਗਈ ਆ। ਐਤਕੀ ਕਿੰਨਾ ਕੱਢ ਦੂ? ਐਤਕੀ 15 ਦੀ ਮੀਰ ਹੈਗੀ ਆ, 15 ਦੇ ਦੂ। ਤੇ ਕਿੰਨੇ ਦਿਨ ਕੱਟੂਗੀ ਹੁਣ ਇਹ? ਬਸ ਇਹਦੇ 30 ਤਰੀਕ ਨੂੰ ਦਿਨ ਪੂਰੇ ਆ ਜੀ। 30 ਤਰੀਕ ਨੂੰ ਦਿਨ ਪੂਰੇ? ਤੇ ਲੰਮਾ ਸਮਾਂ ਦੁੱਧ ਦਿੰਦੀ? ਖੋਲੋ ਇਹਨੂੰ ਤੋੜ ਕੇ ਦਿਖਾਈਏ। ਆ ਦੇਖੋ ਫੇਸ ਕਰੋ, ਚੈੱਕ ਇੱਕ ਨੰਬਰ ਤੇ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ। ਛੋਟੀ ਮੰਨ ਕੇ ਨਾ ਆਇਓ, ਠੀਕ ਆ ਜੀ? ਵੱਡੀ ਤੇ ਪਿਓਰ ਮੋਹਰਾ ਨਸਲ ਚ ਆ ਗਈ। ਤੇ ਇੱਕ ਅੱਧਾ ਪਸ਼ੂ ਪਾਲਦੇ ਆ ਤੇ ਵੇਚ ਦਿੰਦੇ ਆ ਵੀਰੇ। ਆ ਦੇਖੋ ਕੁਆਲਿਟੀ ਫੁੱਲ ਆ, ਕੱਦ ਕਾਠ ਦੀ ਕੋਈ ਵੀ ਕਮੀ ਨਹੀਂ, ਵੱਡੀ ਝੋਟੀ ਆ। ਤੇ ਜੇ ਆਪਾਂ ਗੱਲ ਕਰ ਲਈਏ ਪਿਓਰ ਮੋਹਰਾ ਨਸਲ ਮੋੜ ਲਿਓ ਜੀ। ਆ ਦੇਖੋ ਕਰੋ ਜੀ ਚੈੱਕ, ਸਿੰਗ ਇੱਕ ਨੰਬਰ, ਕੱਦ ਕਾਠ ਦੀ ਕੋਈ ਵੀ ਕਮੀ ਨਹੀਂ, ਚੰਗੀ ਝੋਟੀ ਆ, ਜ਼ਿਆਦਾ ਇਹਦੇ ਬਾਰੇ ਬੋਲਣ ਦੀ ਲੋੜ ਨਹੀਂ ਪੈਣੀ। ਦੇਖੋ ਜੀ ਕੁਆਲਿਟੀ ਪੂਰੀ ਫੁੱਲ ਥਾਣ ਲਈ, ਬਸ ਨੇੜ ਤੋਂ ਚੈੱਕ ਕਰਾਵਾਂ, ਬੰਨ ਲੈਣ ਦਿਓ ਵੀਰ ਨੂੰ। ਦੇਖੋ ਜੀ ਸਿੰਗ ਕਰੋ ਚੈੱਕ ਇੱਕ ਨੰਬਰ, ਠੀਕ ਹੈ ਜੀ, ਥਾਣ ਲਈ ਵਾ ਪੂਰਾ ਇੱਕ ਨੰਬਰ, ਕੈਮਰੇ ਥੋੜ੍ਹਾ ਜਗਦੀ ਆ ਅਤੇ ਵੱਡੀ ਝੋਟੀ ਆ। ਆਹ ਦੇਖੋ ਦੂਜੀ ਸਾਈਡ ਦੇ ਥਾਣ ਦਿਖਾਈਏ ਤੁਹਾਨੂੰ, ਅਤੇ ਫੇਸ ਕਰੋ ਚੈੱਕ, ਠੀਕ ਹੈ ਜੀ। ਅਤੇ ਆਈ ਵੀਰੇ ਇੱਧਰ ਮਿਲੇ। ਅੱਛਾ 14-15 ਕਿਲੋ ਦੁੱਧ ਐਤਕੀ ਕੱਢ ਦੂ ਹੈ, ਅਤੇ ਫਿਰ ਡਿਮਾਂਡ ਇਹਦੀ? ਡਿਮਾਂਡ ਫੋਨ ਤੇ ਕਰਨ ਹੋਊ ਜਮਾ ਜਾਇਜ਼? ਹਾਂ ਜਾਇਜ਼ ਹੀ। ਤੇ ਲੰਮਾ ਸਮਾਂ ਦੁੱਧ ਦੇਈ ਜਾਂਦੀ ਹੈ? 8-9 ਮਹੀਨੇ ਨੇ ਛੱਡੀ ਹੈ ਇਹਨਾਂ ਨੇ। ਠੀਕ ਆ। ਤੇ ਨੰਬਰ ਵੀਰੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ, ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਸਲਾਂਤਪੁਰਾ ਤੇ ਭਾਈ ਰੂਪਾ। ਇੱਕ ਝੋਟੀ ਹੈ, ਤੀਜਾ ਸੂਆ ਤੁਹਾਨੂੰ ਇੱਕ ਦਿਖਾਤੀ ਹੈ, 14-15 ਕਿਲੋ ਬਾਈਆਂ ਦਾ ਕਹਿਣਾ ਮੇਰੇ ਪਿੰਡ ਦੀ ਕੋਈ ਝੋਟੀ ਹੈ ਵੀ ਦੁੱਧ ਦੇਊਗੀ। ਦੂਜੇ ਸੂਏ ਦਿੱਤਾ ਵਾ 13-14 ਕਿਲੋ ਇਹਦਾ, ਠੀਕ ਹੈ ਜੀ। ਘਰ ਦੀ ਝੋਟੀ ਹੈ, ਕੋਈ ਵਪਾਰ ਦਾ ਕੰਮ ਨਹੀਂ, ਲੋਕਲ ਝੋਟੀ ਹੈ। ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ।